ਗੁਰੂ ਘਰ ਮੱਥਾ ਟੇਕਣ ਆਏ ਸ਼ਖਸ ਦਾ ਕਾਰਾ ਉਸ ਵੇਲੇ ਸਾਹਮਣੇ ਆਏ ਜਦੋਂ ਉਹ ਗੁਰੂ ਘਰ ਮੱਥਾ ਟੇਕਦਾ ਹੈ ਤੇ ਅਚਾਨਕ ਹੀ ਇਹ ਗੁਰੂ ਘਰ ਦੇ ਇੱਕ ਸੇਵਾਦਾਰ ਦੇ ਨਾਲ ਭਿੜ ਜਾਂਦਾ ਹੈ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪਏ ਸ਼ਸਤਰ ਵੀ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਹ ਵਾਰਦਾਤ ਗੁਰੂ ਘਰ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਸ਼ਖਸ ਬਹੁਤ ਸਲੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਮੱਥਾ ਟੇਕਦਾ ਹੈ, ਸਿਰ ਢੱਕਿਆ ਵਾ ਹੁੰਦਾ ਹੈ, ਪਰ ਅਚਾਨਕ ਹੀ ਇਹ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਸੇਵਾਦਾਰ ਦੇ ਨਾਲ ਭਿੜ ਜਾਂਦਾ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਸਵੇਰੇ ਤੜਕ ਸਾਰਦੀ ਹੈ ਜਦੋਂ ਇਸ ਸ਼ਖਸ ਦੇ ਵੱਲੋਂ ਜੋ ਵੇਖਣ 'ਚ ਬਹੁਤ ਤੰਦਰੁਸਤ ਲੱਗਦਾ ਹੈ ਉਸ ਵੱਲੋਂ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ SGPC ਦੇ ਮੁਲਾਜ਼ਮਾਂ ਨੇ ਆਪਣੀ ਮੁਸਤੈਦੀ ਦਿਖਾਈ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਨੂੰ ਫੜ ਕੇ ਗੁਰੂ ਘਰ ਤੋਂ ਬਾਹਰ ਕੱਢਿਆ। ਪਰ ਜਾਣਕਾਰੀ ਮੁਤਾਬਿਕ ਇਸ ਸ਼ਖਸ ਦੇ ਵੱਲੋਂ ਬਾਹਰ ਨਿਕਲਣ ਤੋਂ ਬਾਅਦ ਵੀ ਸੰਗਤ ਨਾਲ ਬਦਸਲੂਕੀ ਕੀਤੀ ਗਈ, ਸੰਗਤ ਨਾਲ ਭਿੜ ਗਿਆ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਇਸ ਸ਼ਖਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਸ ਤੋਂ ਪਹਿਲਾਂ ਵੀ ਇਸ ਵਿਅਕਤੀ ਨੇ ਗੁਰੂ ਘਰ ਦੇ ਵਿੱਚ ਅਜਿਹੀ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਹੁਣ ਇੱਕ ਵਾਰ ਫੇਰ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਵਾਰਦਾਤ ਸੰਬੰਧੀ ਜਾਣਕਾਰੀ ਦਿੱਤੀ ਹੈ ਅਤੇ ਕਾਰਵਾਈ ਲਈ ਮੈਨੇਜਰ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਇਹ ਘਟਨਾ ਬਾਬਾ ਬਕਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਵੜ ਕੇ ਇਸ ਸ਼ਖਸ ਦੇ ਵੱਲੋਂ ਸੇਵਾਦਾਰ ਦੇ ਨਾਲ ਬਦਸਲੂਕੀ ਕੀਤੀ ਗਈ ਅਤੇ ਉੱਥੇ ਪਏ ਸ਼ਸਤਰ ਵੀ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਤਸਵੀਰਾਂ CCTV ਵਿੱਚ ਕੈਦ ਹੋ ਗਈਆਂ। ਅੱਜ ਸਵੇਰੇ ਨਾ ਤਕਰੀਬਨ 5:15 ਵਜੇ ਇੱਕ ਕੋਈ ਵਿਅਕਤੀ ਜਿਵੇਂ ਆਮ ਮੱਥਾ ਟੇਕਣ ਆਉਂਦੇ ਨੇ, ਕੋਈ ਆਇਆ ਬੰਦਾ ਭੋਰਾ ਸਾਹਿਬ ਵਿਖੇ ਉਹਨੇ ਆ ਕੇ ਨਾ ਜਿਹੜਾ ਸਾਡਾ ਸੇਵਾਦਾਰ ਅਰਦਾਸੀਆ ਸਿੰਘ ਡਿਊਟੀ 'ਚ ਖੜ੍ਹਾ ਸੀ ਉਹਦੇ ਨਾਲ ਉਹਨੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਉਹਨੂੰ ਵਰਜਿਤ ਕੀਤਾ ਵੀ ਨਹੀਂ, ਅਤੇ ਇੰਨੇ ਨੂੰ ਦੂਸਰਾ ਸੇਵਾਦਾਰ ਉਹਨੇ ਬੁਲਾ ਕੇ ਉਹਨੂੰ ਉੱਥੋਂ ਬਾਹਰ ਕੱਢਤਾ। ਜਦੋਂ ਬਾਹਰ ਕੱਢਿਆ ਕੜਾਹ ਪ੍ਰਸਾਰ ਕਾਊਂਟਰ 'ਤੇ ਗਿਆ, ਚਲੋ ਜਿਵੇਂ ਸੰਗਤਾਂ ਦੇ ਵਿੱਚ ਹੁੰਦਾ ਲਾਲਾ ਵੀ ਆਹ ਕੀ ਹੋਇਆ, ਅਤੇ ਉਹ ਤੋਂ ਬਾਅਦ ਉਹਨੂੰ ਨਿਸ਼ਾਨ ਸਾਹਿਬ ਵਾਲੀ ਸਾਈਡ 'ਤੇ ਲਿਆਏ, ਉਹ ਸੰਗਤਾਂ ਨਾਲ ਹੱਥੋਂ ਪਾਈ ਹੋਣ ਲੱਗ ਗਿਆ। ਜਿਹੜੀ ਆਪਣੀ ਪੁਰਾਣੀ ਲੰਗਰ ਦੀ ਇਮਾਰਤ ਹੈ ਨਾ, ਸੰਗਤਾਂ ਨੇ ਮਨ 'ਚ ਇਹ ਸੀ ਵੀ ਚਲੋ ਪਰਦੇ 'ਚ ਜਾ ਕੇ ਇਹਨੂੰ ਇਹ ਕੋਈ ਗੱਲ ਪੁੱਛ ਲਈ ਜਾਵੇ, ਅਤੇ ਪਰ ਉੱਥੇ ਜਾਣ ਦੀ ਬਜਾਏ ਨਾ ਸੰਗਤਾਂ ਨਾਲ ਹਫੜਾ ਦਫੜੀ ਕਰਦਾ ਉਹ ਬਾਹਰ ਸਰੋਵਰ ਵੱਲ ਭੱਜ ਗਿਆ। ਸਰੋਵਰ ਵੱਲ ਜਾ ਕੇ ਸੰਗਤਾਂ ਵੀ ਮਗਰ ਸੀ, ਸਾਡੇ ਜਿਹੜੇ ਡਿਊਟੀ ਵਾਲੇ ਮੁਲਾਜ਼ਮ ਅਤੇ ਉਹ ਵੀ ਸੀ, ਇੰਨੇ ਨੂੰ ਮੌਕੇ 'ਤੇ ਮੈਂ ਵੀ ਪਹੁੰਚ ਗਿਆ ਅਤੇ ਉਹ ਸੰਗਤਾਂ ਨਾਲ ਮਤਲਬ ਹੱਥੋਂ ਪਾਈ ਹੋ ਰਿਹਾ ਸੀ, ਇਕੱਲਾ ਵਿਚਕਾਰ ਖੜ੍ਹਾ ਅਤੇ ਦੇਖਣ ਨੂੰ ਮਤਲਬ ਬੜਾ ਹੈਲਦੀ ਆਦਮੀ ਆ ਉਹ, ਅਤੇ ਉਹ ਅਸੀਂ ਮਤਲਬ ਮੌਕੇ 'ਤੇ ਹੀ ਜਿਹੜੇ ਪੁਲਿਸ ਨੂੰ ਬੁਲਾ ਲਿਆ ਜੀ, ਪੁਲਿਸ ਨੂੰ ਇਤਲਾਹ ਦੇ ਤੀ, ਪੁਲਿਸ ਨੂੰ ਇਤਲਾਹ ਦੇ ਕੇ ਮੌਕੇ 'ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਮਤਲਬ ਪਤਾ ਲੱਗਿਆ ਵੀ ਇਹ ਪਿੰਡ ਥੋਥੀਆਂ, ਇੱਥੇ ਲਾਗੇ ਥੋਥੀਆਂ ਪਿੰਡ ਹੈ ਜੀ, ਇਹ ਇਸ ਕੇਸ ਦੇ ਵਿੱਚ ਮਤਲਬ 2015 'ਚ ਵੀ ਦੱਸਦੇ ਨੇ ਵੀ ਇਹਨੇ ਪਿੰਡ ਦੇ ਵਿੱਚ ਕੋਈ ਘਟਨਾ ਕਰਮ ਕੀਤਾ ਇੱਦਾਂ ਦਾ ਜੀ, ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਜਾ ਕੇ, ਅਤੇ ਉਹ ਇਸੇ ਘਟਨਾ ਕਰਮ ਹੈ, ਉਹ ਅਸੀਂ ਜਿਹੜੀ ਪੁਲਿਸ ਨੂੰ ਰਿਪੋਰਟ ਦਿੱਤੀ ਆਪਣੇ ਵੱਲੋਂ ਲੈਟਰ ਦਿੱਤੀ ਆ ਉੱਥੇ ਕਾਰਵਾਈ ਕਰਨ ਲਈ, ਉਹਦੇ ਵਿੱਚ ਅਸੀਂ ਇਹ ਚੀਜ਼ ਮੈਨਸ਼ਨ ਵੀ ਕਰਤੀ ਵੀ ਹੋ ਸਕਦਾ ਇਹ ਬੰਦਾ ਕਿਸੇ ਇਸ ਭਾਵਨਾ ਨਾਲ ਤਾਂ ਨਹੀਂ ਆਇਆ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਇਹਨੇ ਪਹਿਲਾਂ ਕੋਈ ਪਿੰਡ ਆਪਣੀ ਕਾਰਵਾਈ ਕੀਤੀ। ਦੇਖਣ ਨੂੰ ਲੱਗਦਾ ਮਤਲਬ ਚਿਹਰੇ ਤੋਂ ਵੀ ਜਿਵੇਂ ਉਹ ਮੈਂਟਲ ਹੁੰਦਾ ਹੈ, ਪਰੰਤੂ ਪਰ ਜਦ ਬੰਦਾ ਇਹਨੇ ਪਹਿਲਾਂ ਹੀ ਘਟਨਾ ਕੀਤੀ ਹੈ ਹੁਣ ਫੇਰ ਕਰਨ ਆਇਆ, ਹੋ ਸਕਦਾ ਵੀ ਕੋਈ ਅਜੇ ਮੁੱਢਲੀ ਜਾਂਚ 'ਚ ਇਹ ਤਾਂ ਨਹੀਂ ਕੋਈ ਪਤਾ ਲੱਗਿਆ, ਪਰ ਦੇਖਣ ਨੂੰ ਚਿਹਰੇ ਤੋਂ ਲੱਗਦਾ ਉਹ ਵੀ ਜਿਵੇਂ ਬਿਮਾਰ ਟਾਈਪ ਦਾ ਬੰਦਾ ਹੁੰਦਾ, ਮਤਲਬ ਜਦੋਂ ਉਹਨੇ ਘਟਨਾ ਕਰਨੀ ਮਤਲਬ ਇਹ ਆਇਆ, ਹੋ ਸਕਦਾ ਉਹਦੇ ਮਨ ਦੀ ਮਾੜੀ ਨੀਅਤ ਨਾਲ ਆਇਆ ਹੋਵੇ, ਪਰ ਗੁਰੂ ਸਾਹਿਬ ਦੀ ਕਿਰਪਾ ਰਹੀ ਵੀ ਅੰਦਰ ਕੋਈ ਅਜਿਹੀ ਘਟਨਾ ਨਹੀਂ ਵਾਪਰੀ। ਨਹੀਂ ਉਹ CCTV ਦੇਖ ਲੈਂਦੇ ਆਪਾਂ, ਤੁਹਾਨੂੰ ਦਿਖਾ ਦਿੰਦੇ ਹਾਂ। ਕਿੰਨਾ ਘਟਨਾਕ੍ਰਮ ਜਿਹੜਾ ਹੈਗਾ ਇਹਦੇ ਵਿੱਚ ਕੋਡ ਹੋਇਆ?
ਉਹ ਤਾਂ ਮਤਲਬ ਅੰਦਰ ਗਿਆ ਜੀ ਭੋਰਾ ਸਾਹਿਬ ਦੇ, ਸੇਵਾਦਾਰ ਹੈ ਜਿਹੜਾ ਅਰਦਾਸ ਕਰ ਰਿਹਾ ਸੀ ਸਿੰਘ ਕਿਸੇ ਪ੍ਰੇਮੀ ਦੀ, ਤੇ ਉਹਨੂੰ ਜਾ ਕੇ ਉਹਦੇ ਨਾਲ ਬਦਤਮੀਜੀ ਕੀਤੀ। ਜਿਹੜੀ ਉਹ ਪੱਤੀ ਹੁੰਦੀ ਹੈ ਨਾ ਆਪਣੀ, ਜਿਹਦੇ ਨਾਲ ਗੋਲਕ ਵਿੱਚ ਮਾਇਆ ਪਾਉਂਦੇ ਨੇ ਖੜ ਕੇ ਸੇਵਾਦਾਰ ਡਿਊਟੀ ਤੇ, ਉਹ ਪੱਤੀ ਫੜ ਕੇ ਉਹਦੇ ਉਹਦੇ ਮਾਰਨ ਦੀ ਮਾਰਨ ਲੱਗਿਆ ਸੀ, ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ ਇਹਨੂੰ, ਕਿਉਂ ਸੇਵਾਦਾਰ ਕਈ ਨੇ ਤਿੰਨ ਚਾਰ ਨੇ ਅੰਦਰ ਡਿਊਟੀ ਤੇ, ਇਹਨੇ ਨੂੰ ਦੂਸਰਾ ਸਿੰਘ ਆ ਗਿਆ, ਉਹਨਾਂ ਨੇ ਫੜ ਕੇ ਬਾਹਰ ਕੱਢ ਲਿਆ। ਬਾਹਰ ਸਵੇਰੇ ਸੰਗਤ ਵੀ ਹੁੰਦੀ ਆ ਕੁਦਰਤੀ। ਹੁਣ ਐਪਲੀਕੇਸ਼ਨ ਦੇ ਰਹੇ ਪੁਲਿਸ ਨੂੰ, ਕੋਈ ਪੁਲਿਸ ਨਾਲ ਰਾਬਤਾ ਹੋਇਆ, ਕੀ ਕਰ ਰਹੇ ਹੋ? ਹਾਂ ਨਹੀਂ, ਪੁਲਿਸ ਨਾਲ ਹੋਇਆ, ਪੁਲਿਸ ਨੂੰ ਕਿਹਾ ਵੀ ਇਹ ਤੇ ਕਾਨੂੰਨੀ ਕਾਰਵਾਈ ਜੋ ਵੀ ਬਣਦੀ ਹੈ ਅਸੀਂ ਆਪਣੇ ਵੱਲੋਂ ਲਿਖਤ ਉਹ ਕਾਰਵਾਈ ਕੀਤੀ ਜਾਵੇ। ਸੰਗਤ ਵੱਲੋਂ ਕੋਈ ਜਿਹੜੀ ਕੁੱਟਮਾਰ ਵੀ ਕੀਤੀ ਜਾਵੇ? ਸੰਗਤ ਜਦ ਉਹ ਕਰ ਰਿਹਾ ਸੀ ਜੀ, ਕੁਦਰਤੀ ਗੱਲ ਹੈ ਨਾ, ਭੀੜ ਹੈ, ਹਜੂਮ ਹੈ, ਹਜੂਮ 'ਚ ਕੀ ਪਤਾ ਲੱਗ, ਸੰਗਤ ਵੱਲੋਂ ਵੀ ਕੀਤੀ ਗਈ ਤੇ ਉਹ ਵੀ ਕਰ ਰਿਹਾ ਸੀ ਨਾ, ਉਹ ਐਡਾ ਹੈਲਦੀ ਬੰਦਾ ਕਿ ਇਹਨੂੰ ਨੇੜੇ ਨਹੀਂ ਲੱਗਣ ਦੇ ਰਿਹਾ ਸੀ।